ਫਾਜ਼ਿਲਕਾ ਤੋਂ ਵੱਡੀ ਖਬਰ ਹੈ ਦਸੀ ਕਿ ਇਕੱਠੇ 13 ਹੋਰ ਨਵੇਂ ਮਾਮਲੇ ਇੱਥੋਂ ਸਾਹਮਣੇ ਆਏ ਨੇ ਇਹਨਾਂ ਦੇ ਵਿੱਚੋਂ 3 BSF ਦੇ ਜਵਾਨ ਨੇ ਸੁਖੀ ਕੁਝ ਹਾਲਾਤ ਤੇ ਫਾਜ਼ਿਲਕਾ ਚ ਸਿੱਧੇ ਚੱਲਦੇ ਅਰਵਿੰਦਰ ਪਾਲ ਤਨੇਜਾ ਨੇ ਸਾਡੇ ਨਾਲ ਗੱਲਬਾਤ ਦੇ ਲਈ ਮੌਜੂਦ ਅਰਵਿੰਦਰ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਕੋਰੋਨਾ ਦੀ ਸਥਿਤੀ ਫਿਲਹਾਲ ਕੀ ਹੈ ਅਗਰ ਪਿਛਲੇ ਇੱਕ ਹਫ਼ਤੇ ਦੀ ਦੌਰਾਨ ਦੀ ਗੱਲ ਕਰਦੇ ਹਾਂ ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਇੱਕ ਹਫ਼ਤੇ ਦੇ ਦੌਰਾਨ ਤਾਂ ਪਹਿਲਾਂ ਜਿਹੜੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ 6 ਕੇਸ ਜਿਹੜੇ ਪੋਜ਼ਿਟਿਵ ਆਏ ਸੀ ਉਹਨਾਂ ਦੇ ਵਿੱਚੋਂ 3 ਜਿਹੜੇ SCC ਵਾਲੋਂ ਦੇ ਘਰ ਚਲੇ ਗਏ ਸੀ ਔਰ ਕਿਤੇ ਦਿਨ 2 ਕੇਸ ਆਏ ਪਰ ਕੱਲ ਐਤਵਾਰ ਨੂੰ ਜਿਹੜਾ ਉਹ ਸਵੇਰ ਜਿਹੜੇ 6 ਕੇਸ ਆਏ ਅਤੇ ਦੇਰ ਸ਼ਾਮ ਤੱਕ ਜਿਹੜੇ ਆ 13 ਕੇਸ ਹੋਰ ਆ ਗਏ ਕੱਲੇ ਐਤਵਾਰ ਹੀ ਕੱਲ 19 ਕੇਸ ਪੋਜ਼ਿਟਿਵ ਆਏ ਆ ਔਰ 11 ਕੇਸ ਜਿਹੜੇ ਪਹਿਲਾਂ ਚੱਲ ਰਹੇ ਸੀ ਔਰ ਜੇਕਰ ਟੋਟਲ ਦੀ ਗੱਲ ਕੀਤੀ ਜਾਵੇ ਤਾਂ 24 ਕੇਸ ਜਿਹੜੇ ਇਸ ਟਾਈਮ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਐਕਟਿਵ ਚੱਲ ਰਹੇ ਆ ਇਹਦੇ ਵਿੱਚ ਜਿਹੜੇ ਕੱਲ 19 ਜਿਹੜੇ ਕੇਸ ਇੱਕਦਮ ਨਵੇਂ ਆਏ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੋਰੋਨਾ ਬਲਾਸਟ ਹੋਇਆ ਉਸਦੇ ਵਿੱਚ ਜਿਹੜੇ 3 BSF ਦੇ ਜਵਾਨ ਇੱਕ ਪੰਜਾਬ ਪੁਲਿਸ ਦਾ ਜਵਾਨ 3 ਜਿਹੜੇ ਆ ਉਹ ਬੱਚੇ ਆ ਜਦਕਿ 7 ਲੋਕ ਜਿਹੜੇ ਲੋਕਲ ਦੱਸੇ ਜਾ ਰਹੇ ਆ ਬਾਹਰੋਂ ਆਏ ਜਿਹੜੇ ਲੋਕ ਆ ਉਹਦੇ ਵਿੱਚ ਗੁਜਰਾਤ ਰਾਜਸਥਾਨ UP ਅਤੇ 2 ਜਿਹੜੇ ਆ ਉਹ ਦਿੱਲੀ ਤੋਂ ਆਏ ਦੱਸੇ ਜਾ ਰਹੇ ਆ ਟੋਟਲ ਜਿਹੜੇ ਕੱਲ 19 ਕੇਸ ਆਏ ਆ ਔਰ ਇਹਨਾਂ ਦੇ 19 ਦੇ ਵਿੱਚੋਂ 3 BSF ਅਤੇ 1 ਪੰਜਾਬ ਪੁਲਿਸ ਦਾ ਜਿਨ੍ਹਾਂ ਨੂੰ ਕਿ ਸਾਰਿਆਂ ਨੂੰ ਜਲਾਲਾਬਾਦ ਜਿਹੜਾ ਕੋਵਿਡ ਕੇਅਰ ਸੈਂਟਰ ਬਣਾਇਆ ਉੱਥੇ ਜਿਹੜਾ ਕਿ ਸ਼ਿਫਟ ਕੀਤਾ ਗਿਆ ਜੀ ਸੋ ਮੰਨਿਆ ਜਾ ਸਕਦਾ ਅਰਵਿੰਦਰ ਕਿ ਜਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਦੀ ਅਗਰ ਗੱਲ ਕਰੀਏ ਜਦੋਂ ਕੋਰੋਨਾ ਫੈਲਿਆ ਹੀ ਹੈ ਤਾਂ ਜਿਹੜੇ ਲੋਕ ਬਾਹਰਲੇ ਮੁਲਕਾਂ ਤੋਂ ਵਾਪਸ ਆ ਰਹੇ ਸੀ ਉਹ ਕਿਤੇ ਨਾ ਕਿਤੇ ਕਾਰਨ ਬਣੇ ਨੇ ਉਸ ਦੇ ਕਾਰਨ ਫੈਲਾਅ ਸ਼ੁਰੂ ਹੋਇਆ ਔਰ ਹੁਣ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਬਾਕੀ ਸੂਬਿਆਂ ਤੋਂ ਪੰਜਾਬ ਆ ਰਹੇ ਨੇ ਇਹਨਾਂ ਨੂੰ ਅਸੀਂ ਕਾਰਨ ਮੰਨ ਸਕਦੇ ਹਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਸ਼ੁਰੂਆਤ ਤੋਂ ਬੇਸ਼ੱਕੀ ਜਿਹੜਾ ਕੋਰੋਨਾ ਹੈ ਉਹ ਫੋਰਨ ਕੰਟਰੀਜ਼ ਤੋਂ ਜਿਹੜੇ ਲੋਕ ਇੰਡੀਆ ਦੇ ਵਿੱਚ ਆਏ ਉਹਨਾਂ ਨਾਲ ਹੀ ਫੈਲਿਆ ਸੀ ਪਰ ਹੁਣ ਜਿਹੜੇ ਉਸ ਤੋਂ ਬਾਅਦ ਹੁਣ ਜਿਹੜੇ ਮਾਮਲੇ ਆ ਉਹ ਜ਼ਿਆਦਾ ਚਿੰਤਾਜਨਕ ਇਸ ਲਈ ਬਣ ਜਾਂਦੇ ਆ ਕਿਉਂਕਿ ਹੁਣ ਜਿਹੜੇ ਆ ਲੋਕਲ ਲੋਕ ਇਸ ਦੇ ਵਿੱਚ ਜ਼ਿਆਦਾ ਜਿਹੜਾ ਕਿ ਸਾਹਮਣੇ ਆ ਰਿਹਾ ਕੱਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਫਾਜ਼ਿਲਕਾ ਦੀ ਤਾਂ 19 ਦੇ ਵਿੱਚੋਂ 8 ਦੇ ਕਰੀਬ ਜਿਹੜੇ ਕੇਸ ਹੈ ਉਹ ਲੋਕਲ ਹੀ ਲੋਕ ਨੇ ਜਿਹੜੇ ਕਿ ਕੋਰੋਨਾ ਪੋਜ਼ਿਟਿਵ ਲੋਕਾਂ ਦੇ ਸੰਪਰਕ ਦੇ ਵਿੱਚ ਆਏ ਤੇ ਉਹ ਜਿਹੜੇ ਆ ਪੋਜ਼ਿਟਿਵ ਪਾਏ ਗਏ ਤੇ ਚਿੰਤਾ ਕਿਤੇ ਨਾ ਕਿਤੇ ਜਿਹੜੀ ਆ ਉਹ ਵੱਧਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਲੋਕਲ ਜਦੋਂ ਕੇਸ ਆਨੇ ਸ਼ੁਰੂ ਹੋ ਜਾਂਦੇ ਆ ਤਾਂ ਉਸ ਦੇ ਨਾਲ ਇੱਕ ਜਿਹੜਾ ਕੀ ਹੈ ਸਰਚਿੰਗ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਉਹਨਾਂ ਦੇ ਟੈਸਟਿੰਗ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਕਿਉਂਕਿ ਜਦੋਂ ਤੱਕ ਟੈਸਟ ਨਹੀਂ ਹੁੰਦਾ ਉਦੋਂ ਤੱਕ ਜਿਹੜੇ ਹਰੇਕ ਇਨਸਾਨ ਜਿਹੜਾ ਕਿ ਸ਼ੱਕੀ ਹੀ ਮੰਨਿਆ ਜਾਂਦਾ ਔਰ ਬਾਹਰੋਂ ਆਏ ਲੋਕਾਂ ਦੀ ਜਿਹੜੀ ਹਿਸਟਰੀ ਹੈ ਉਹ ਈਜ਼ੀਲੀ ਮਿਲ ਜਾਂਦੀ ਆ ਉਹਨਾਂ ਦੇ ਟੈਸਟ ਕਰਨ ਦੇ ਵਿੱਚ ਵੀ ਸੁਖਿਆਈ ਹੁੰਦੀ ਹੈ ਲੇਕਿਨ ਲੋਕਲ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਬੜੀ ਇੱਕ ਜਿਹੜੀ ਦਿੱਕਤ ਪੇਸ਼ ਆਉਂਦੀ ਹੈ ਪ੍ਰਸ਼ਾਸਨ ਵਾਸਤੇ ਵੀ ਉਹਨਾਂ ਦੇ ਟੈਸਟ ਕਰਨੇ ਕਿਉਂਕਿ ਉਹਨਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੁੰਦੀ ਇਹੋ ਜਿਹੇ ਦੇ ਵਿੱਚ ਹੁਣ ਅਸੀਂ ਜੇ ਦੂਸਰੇ ਲਫ਼ਜ਼ 'ਚ ਕਹੀਏ ਤਾਂ ਕੋਰੋਨਾ ਜਿਹੜਾ ਉਹ ਆਪਣਾ ਵਿਕਰਾਲ ਰੂਪ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੁਣ ਜਿਹੜੀ ਜ਼ਰੂਰਤ ਹੈ ਉਹ ਸਭ ਤੋਂ ਜ਼ਿਆਦਾ ਇਹਤਿਆਤ ਰੱਖਣ ਦੀ ਜਿਹੜੀ ਹੁਣ ਜ਼ਰੂਰਤ ਪੈਦਾ ਬਿਲਕੁਲ ਲੱਗ ਰਿਹਾ ਹੁਣ ਔਰ ਵਾਕਈ ਹੁਣ ਜਿੱਥੇ ਤੱਕ ਜਿੱਥੇ ਲੱਗ ਰਿਹਾ ਅਰਵਿੰਦਰ ਔਰ ਹੁਣ ਜਿਹੜਾ ਲੋਕਾਂ 'ਚ ਖੌਫ ਔਰ ਡਰ ਉਹ ਨਜ਼ਰ ਬਿਲਕੁਲ ਨਹੀਂ ਆ ਰਿਹਾ ਜਿਸ ਹਿਸਾਬ ਦੇ ਨਾਲ ਅਣਗਹਿਲੀ ਹੋ ਰਹੀ ਹੈ ਜ਼ਿਕਰ ਕਰਾਂ ਮੈਂ ਤਾਂ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਹੋ ਗਿਆ ਜਾਂ ਫਿਰ ਜਲੰਧਰ ਹੋ ਗਿਆ ਇਹ ਪਹਿਲਾਂ ਬਹੁਤ ਜ਼ਿਆਦਾ ਇਫੈਕਟਿਡ ਸੀਗੇ ਔਰ ਹੁਣ ਵੀ ਬਹੁਤ ਪੀਕ 'ਤੇ ਆ ਚੁੱਕੇ ਨੇ ਕਹਿ ਸਕਦੇ ਹਾਂ ਹੁਣ ਕਾਫੀ ਜ਼ਿਆਦਾ ਉੱਥੇ ਹਾਲਾਤ ਖਰਾਬ ਨੇ ਪਰ ਅਗਰ ਗੱਲ ਕਰੀਏ ਫਿਰੋਜ਼ਪੁਰ ਦੀ ਫਾਜ਼ਿਲਕਾ ਦੀ ਬਠਿੰਡਾ ਦੀ ਜਾਂ ਫਿਰ ਮਾਨਸਾ ਬਰਨਾਲਾ ਦੀ ਸੋ ਇਹ ਜ਼ਿਲ੍ਹੇ ਜਿਹੜੇ ਨੇ ਅਰਵਿੰਦਰ ਇਹ ਹੁਣ ਲੱਗ ਰਿਹਾ ਹੁਣ ਪ੍ਰਭਾਵਿਤ ਜ਼ਿਆਦਾ ਹੋ ਰਹੇ ਨੇ ਹੁਣ ਇੱਥੇ ਫੈਲਾਅ ਹੁੰਦਾ ਹੋਇਆ ਨਜ਼ਰ ਆ ਰਿਹਾ ਕਹਿ ਸਕਦੇ ਹਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਕੋਰੋਨਾ ਜਦ ਫੈਲਿਆ ਸੀ ਤਾਂ ਉਦੋਂ ਸਭ ਤੋਂ ਬਾਅਦ ਜਿਹੜਾ ਉਹ ਕੋਰੋਨਾ ਡਿਟੈਕਟ ਫਾਜ਼ਿਲਕਾ ਦੇ ਵਿੱਚ ਕੀਤਾ ਗਿਆ ਸੀਗਾ ਔਰ ਗ੍ਰੀਨ ਜ਼ੋਨ ਸੀਗਾ ਫਾਜ਼ਿਲਕਾ ਔਰ ਹੁਣ ਜੇਕਰ ਗੱਲ ਕੀਤੀ ਜਾਵੇ ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਕੇਸ ਅਚਾਨਕ ਸਾਹਮਣੇ ਆ ਰਹੇ ਆ ਪਹਿਲਾਂ ਇਸ ਤੋਂ ਪਹਿਲਾਂ ਜੇਕਰ ਪੁਲਕ ਦੇ ਵਿੱਚ ਗੱਲ ਕੀਤੀ ਜਾਵੇ ਤਾਂ 30 ਕੇਸ ਇੱਕ ਵਾਰੀ ਸਾਹਮਣੇ ਆਏ ਸੀ ਉਹ ਸਾਰੇ ਸ਼ਰਧਾਲੂ ਸਨ ਪਰ ਹੁਣ ਜਿਹੜੇ ਇਹ ਪੁਲਕ ਦੇ ਵਿੱਚ ਕੇਸ ਸਾਹਮਣੇ ਆਏ ਆ ਉਹ ਦੂਸਰੀ ਵਾਰ ਹੈ ਤੇ ਚਿੰਤਾ ਦਾ ਵਿਸ਼ਾ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਜ਼ਿਆਦਾਤਰ ਸ਼ਹਿਰ ਦੇ ਵਿੱਚ ਅਸੀਂ ਜਦ ਦੇਖਦੇ ਹਾਂ ਤਾਂ ਲੋਕ ਜਿਹੜੇ ਆ ਉਹ ਮਾਸਕ ਦੀ ਵਰਤੋਂ ਨਹੀਂ ਕਰਦੇ ਸੋਸ਼ਲ ਡਿਸਟੈਂਸ ਦਾ ਪਾਲਣ ਨਹੀਂ ਕਰਦੇ ਵੀਕਐਂਡ ਲੋਕਡਾਊਨ ਸੀਗਾ 2 ਦਿਨ ਉਹ ਵੀਕਐਂਡ ਲੋਕਡਾਊਨ ਦੇ ਦੌਰਾਨ ਵੀ ਲੋਕ ਜਿਹੜੇ ਵੱਡੀ ਤਾਦਾਦ ਦੇ ਵਿੱਚ ਸੜਕਾਂ ਤੇ ਘੁੰਮਦੇ ਹੋਏ ਦਿਖਾਈ ਦਿੱਤੇ ਤਾਂ ਕਿਤੇ ਨਾ ਕਿਤੇ ਹੁਣ ਹਰੇਕ ਇਨਸਾਨ ਦੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਇਸ ਮਹਾਮਾਰੀ ਤੋਂ ਬਚਣਾ ਹੈ ਤਾਂ ਫਿਰ ਖੁਦ ਨੂੰ ਹੀ ਜਿਹੜਾ ਕਿ ਅਵੇਅਰ ਹੋਣਾ ਪਏਗਾ ਇਸ ਬਿਮਾਰੀ ਤੋਂ ਜਿਹੜਾ ਬਚਣ ਦੇ ਲਈ ਖੁਦ ਨੂੰ ਹੀ ਜਿਹੜੇ ਉਪਾਅ ਕਰਨੇ ਪੈਣਗੇ ਸਰਕਾਰਾਂ ਬੇਸ਼ੱਕ ਦੀ ਯਤਨ ਕਰ ਰਹੀਆਂ ਨੇ ਪਰ ਆਪਦੀ ਵੀ ਜ਼ਿੰਮੇਵਾਰੀ ਬਣਦੀ ਬਹੁਤ ਬਹੁਤ ਸ਼ੁਕਰੀਆ ਅਰਵਿੰਦਰ ਜੁੜਨ ਦੇ ਲਈ ਤਮਾਮ ਜਾਣਕਾਰੀ ਦੇ ਲਈ